हाँ जी वीर जी, सारा भी सत श्रीकाल जी। संदीप डेयरी फार्म तुहाडा बहुत बहुत वेलकम है जी। वीर जी, अज अपनी विजिट हैगी आ पिंड भोले की, जिला गुरदासपुर पैंदा जी, तहसील बटाला, नजदीक फतेहगढ़ चूड़ियां जी। सरपंच साहब दे डेरे पहुँच चुके हैं जी। आप अज बइयां कोल 8-10 दे लगभग झोलियां सेल है जी, चंगी वरायटी दी है जी। आओ हुण बाई जी ने गलबात करिए, इन्हां दा प्राइस की आ ते की मिलक रोड आ। उस तों पहलां वीर जी, रिक्वेस्ट तों पहलां कित्थे आ के दो टाइम दी चॉइस जरूर करो, पास करो, पूरी तसली नहीं खरीदो। बार बार जी यही बेनती आ कि चवाई जरूर कर लगे जाओ, तो नाले वीडियो बात बात शेयर कर दिया करो। चलो गांव भी किसी चीज़ का फायदा हो सके, तो नाले हर वक्त इतने कोई 8-10 के लगभग झोटियाँ मिलनगियां तुहानू, जो मर्जी आओ तो खरीद के लैके जाओ। तो हुण आओ हुण बाई जी ने आप गलबात करिए, तो वीडियो शुरुआत करिए जी। हाँ जी भाई, सत श्रीकाल जी। सब ठीक है भाई, तुम सुनाओ जी। ਸਹੀ ਗੱਲ ਭਾਜੀ, ਸਹੀ ਗੱਲ। ਹਰ ਕੋਈ ਕੋਸ਼ਿਸ਼ ਹੀ ਦੀ ਮੈਂ ਚੰਗਾ ਲੈ ਕੇ ਵੇਚਾਂ। ਹਾਂਜੀ ਹਾਂਜੀ ਬਿਲਕੁਲ, ਚੰਗੀਆਂ ਮਹੀਆਂ ਵੇਚਾਂ, ਚੰਗਾ ਸਾਰਾ ਕਾਰੋਬਾਰ ਕਰਾਂ। ਬਿਲਕੁਲ ਜੀ, ਬਾਕੀ ਦੇਣ ਮਾਲਕ ਦੀ ਹੁੰਦੀ ਹੈ ਜੀ, ਇਹ ਪਰੀਆਂ ਵਿਚਾਰੀਆਂ। ਹਾਂਜੀ ਹਾਂਜੀ, ਇਹ ਚੌਂਦ ਤੱਕ ਦੇ ਭਾਵਾਂ ਦੇ, ਇਹ ਚੌਂਦ ਥੱਲੇ ਦਾ ਨੇ, ਇਹਨਾਂ ਦੇ ਹੱਥ ਵਾਜ ਕਰਦੇ। ਸਹੀ ਗੱਲ ਹੈ ਜੀ। ਬਾਕੀ ਮਸੀਹ ਜੀ, ਆਪਣੇ ਕੋਲ ਮਾਲ ਚਾਹੀਦੀ ਘੰਟੇ ਰਹਿੰਦਾ, ਤੁਹਾਨੂੰ ਪਤਾ ਜੀ 5 ਤੋਂ 7। ਹਾਂਜੀ ਹਾਂਜੀ, ਮਸੀਹ ਜੀ ਇਹਦੀ ਜ਼ਰੂਰੀ ਦਾ ਵੀ ਹਰ। ਚਲੋ ਤੁਹਾਡਾ ਵੀ ਧੰਨਵਾਦ, ਵੀਡੀਓ ਤੁਸੀਂ ਬਣਾਉਂਦੇ ਆਪਾਂ ਨੂੰ ਬਹੁਤ ਤੁਸੀਂ ਮਿਲਾਇਆ ਲੋਕਾਂ ਨਾਲ, ਪਿਆਰ ਦਵਾਇਆ, ਬਹੁਤ ਤੁਹਾਡੀ ਵੀ ਧੰਨਵਾਦ ਦਿਲੋਂ ਕਰਦੇ ਹਾਂ। ਬਾਕੀ ਕੋਸ਼ਿਸ਼ ਇਹ ਹੁੰਦੀ ਆ ਵੀ ਜ਼ਰੂਰੀ ਨਹੀਂ ਹੁੰਦਾ ਵੀ ਹਾਂ ਦੀ ਵੀਡੀਓ ਉਡੀਕ ਕੇ ਹੋਣਾ। ਹਾਂਜੀ ਹਾਂਜੀ, ਵੀਡੀਓ ਤੋਂ ਬਗੈਰ ਆਪਣੇ ਕੋਲ ਮਾਲ 5-7 ਮਿੰਟਾਂ 24 ਘੰਟੇ ਰਹੀ ਹੁੰਦੀ ਆ। ਸਹੀ ਗੱਲ, ਮਰਜ਼ੀ ਆਓ, ਇਹ ਨਹੀਂ ਹੁੰਦਾ ਵੀ ਸਿਰਫ ਜੀ ਅੱਜ ਮੈਂ ਆਇਆ, ਮੈਂ ਸੋ ਅੱਜ ਤੁਸੀਂ ਮੇਰੀ ਵੀਡੀਓ ਪਾ ਦਿੱਤੀ, ਫਿਰ ਮਾਲ ਅੱਗਾ ਜੀ ਮੁੜ ਕੇ ਮਾਲ ਹੀ ਨਹੀਂ ਆਉਣਾ 5-7 ਦਿਨ। ਹਾਂਜੀ, ਵੀਡੀਓ ਜ਼ਰੂਰ ਆਪਣਾ, ਕਿਉਂਕਿ ਅੱਗਾ ਵੀ ਆਪਣੇ ਥੋੜਾ ਜਿਹਾ ਕੰਪਨੀ 'ਚ ਨਾ ਘੱਟ ਹੁੰਦਾ, ਤੁਹਾਡਾ ਨਹੀਂ ਟਾਈਮ ਹੁੰਦਾ, ਕਿਉਂਕਿ ਆਪਣੇ ਬਿਲਕੁਲ ਬਿਲਕੁਲ ਭਾਜੀ ਬਿਲਕੁਲ 5-7 ਦਿਨ ਲੱਗ ਜਾਂਦੇ ਆ, ਮਤਲਬ ਤੁਹਾਡੇ ਨਾਲ ਵੀਡੀਓ ਹੋਣਾ, ਮਾਲ ਆਪਣੇ ਕੋਲ 24 ਘੰਟੇ ਪਲੱਸ ਹੁੰਦਾ, 24 ਘੰਟੇ ਤੇ 5-7 ਮਹੀਆਂ ਕਦੀ ਕੰਮ ਹੋਣ ਨਹੀਂ ਦਿੱਤੀਆਂ ਜੀ। ਹਾਂਜੀ ਹਾਂਜੀ, ਬਸ ਜੀ ਮਾਲਕ ਨਹੀਂ ਜੀ, ਕਹਿਆ ਤੇ ਬੜਾ ਵਧੀਆ ਆਪਣਾ ਹਰਿਆਣੇ ਗਏ ਆ, ਥੋੜਾ ਬਹੁਤ ਖਾਣ ਦਾ ਖਾਣ ਕਰਨਾ, ਰੱਜ ਗਾੜ ਕੇ ਬਣਾ ਲਈ ਜੀ, ਇਹ ਐਕਟਰਾ ਤੇ ਰਿਹਾ ਕਰਨ ਤੇ ਆਇਆ ਇੱਧਰ ਆਇਆ ਬਣਾਇਆ। ਠੀਕ ਹੈ ਜੀ, ਤੇ ਬਾਕੀ ਖਾਲੋ ਨਾਲ ਨਾਲ ਆਪਾਂ ਗੱਲਾਂ ਕਰਾਂਗੇ। ਅੱਜ ਬਾਈ ਜੀ ਕਿੰਨੇ ਆ ਜੀ? ਅੱਜ ਸ਼ਰੀਫ ਜੀ ਆਪਣੇ ਕੋਲ ਮੱਝਾਂ ਦੇ 2 ਸਕਲ ਵੇਚੀਆਂ, ਭਾਵੇਂ ਵੇਚਣ ਵਾਲੀਆਂ ਨੂੰ ਨਹੀਂ ਵਿੱਚ ਪਾਉਣਾ। ਠੀਕ ਹੈ, ਆਪਣੇ ਕੋਲ 9 ਮੱਝਾਂ ਆਪਣੇ ਕੋਲ ਝੁੱਟੀਆਂ ਚੰਗੀਆਂ ਦੁੱਧ ਵਾਲੀਆਂ ਤਾਜ਼ੀਆਂ। ਠੀਕ ਹੈ, ਸਾਰੀਆਂ ਸ਼ਰੀਫ ਜੀ ਇੱਕ ਦਿਨ ਤੋਂ ਲੈ ਕੇ 6-7 ਦਿਨ ਦੀਆਂ ਹੋਈਆਂ, ਕਈ ਝੁੱਟੀਆਂ ਵਿੱਚ ਇਹੋ ਜਿਹੀਆਂ 1-2 ਦਿਨ ਦੀਆਂ ਜਿਹੜੀਆਂ ਵਿੱਚ ਸੋਈਆਂ। ਠੀਕ ਠੀਕ ਹੈ ਭਾਜੀ ਜੀ, ਬਾਕੀ ਜੀ ਜਿੰਨੇ ਆਉਣਾ ਨਾ ਆਪਣੇ ਕੋਲ ਆਉਣ ਨਾਲ ਮੱਝ ਮੰਗਾਏ ਨਾ, ਮੈਂ ਕਹਿੰਦਾ। ਹਾਂਜੀ ਹਾਂਜੀ, ਮੇਰੇ ਕੋਲ ਨਾ ਮੰਗਾਏ, ਹੋਰ ਤਾਂ ਆਪਾਂ ਕਿਸੇ ਨੂੰ ਕਹਿੰਦੇ ਨਹੀਂ ਆ। ਠੀਕ ਹੈ ਜੀ, ਇੱਥੋਂ ਆਓ 2 ਡੰਗ 3 ਡੰਗ ਤਸੱਲੀ ਕਰਕੇ ਖੜੋ। ਹਾਂਜੀ ਹਾਂ ਜੀ, ਜੀ ਉੱਪਰ ਰੁਪਈਏ ਬਣਾਉਂਦੇ ਆ, ਇੱਥੇ ਆ ਕੇ 2 ਡੰਗ 3 ਡੰਗ ਮੈਂ ਨੂੰ ਚੋ, ਆਪਾਂ ਨੇ ਕੋਈ ਆਪਾਂ ਨੂੰ ਗੁੱਸਾ ਨਹੀਂ ਹੈਗਾ ਵੀ 1 ਮਣੰਗ ਮੈਂ ਨੂੰ ਚੋ ਜਾਂ 2 ਆਪਣੀ ਮੈਂ, 3-3 ਡੰਗ ਚੋ। ਬਿਲਕੁਲ ਜੀ, ਜਿੰਨੀ ਜੀਆਂ ਖਰੀਆਂ ਵਾ ਤੇ ਦੁੱਧ ਨਾਲ ਥੱਲੇ ਹੈਗਾ ਤਾਂ ਆਪਾਂ ਚਵਾਵਾਂਗੇ। ਹਾਂਜੀ, ਜੇ ਆਪਾਂ ਮੀਂਹ ਦੇ ਪੱਲੇ ਕੁਝ ਇਹਨਾਂ ਦੇ ਪਾਤ ਹੈਗੀ ਤਾਂ ਚਵਾਉਣ ਦਾ ਨੂੰ ਬਚਾਉਂਦੇ। ਬਸ ਠੀਕ ਹੈ ਜੀ, ਜੋ ਤੁਸੀਂ ਕਹਾਂਗੇ ਉਹ ਹੀ ਨਿਕਲੂਗਾ, ਬਾਕੀ ਕਹਿਣ ਨੂੰ ਜੋ ਮਰਜ਼ੀ ਕਹੀ ਜੀ, ਇਹ ਵੱਖਰੀਆਂ ਗੱਲਾਂ, ਜੋ ਸਰੀਰ ਦੇ ਆਪਣੇ ਤੋਂ ਸੱਚਾਈ ਹੈ ਦੱਸੀ ਦੀ, ਆਪਾਂ ਸੱਚਾਈ ਤੇ ਨਹੀਂ ਕਿਸੇ ਵੇਲੇ ਉਲਟੀ ਹੋਈ ਦੀ ਸੱਚਾਈ ਗਲਤ ਗਿਣੀ ਜਾਂਦੀ, ਕਿਉਂਕਿ ਇਹ ਪਸ਼ੂ ਆ, ਅੱਜ 15 ਕਹਿ ਕੇ ਤੋਰੀ ਸਵੇਰੇ 13 ਵੀ ਰਹਿ ਸਕਦਾ, ਰਹਿ ਸਕਦਾ ਭਾਜੀ, ਰਹਿ ਸਕਦਾ, ਇਹ ਕੁਦਰਤ ਦੇ ਰੰਗ ਆ। ਤੇ ਬਾਕੀ ਸਭ ਦੇ ਨਾਲ ਨਾਲ ਗੱਲਾਂ ਕਰਾਂ, ਇਹਦੇ ਬਾਰੇ ਦੱਸੋ ਪਹਿਲੀ ਵਾਰ ਜੀ। ਜੀ ਪਹਿਲਾ ਸੂਆ ਝੱਟੀ, ਅੱਛਾ ਜੀ, ਚੋਣ ਵਾਲਾ ਸੰਦੀਪ ਜੀ ਦੁੱਧ ਦੇ ਕੋ 16 ਕਿਲੋ ਤਿਆਰ ਹੈ, ਚੋਣ ਵਾਲਾ ਹੈ ਜੀ 16 ਕਿਲੋ। ਸੰਦੀਪ ਜੀ ਇਹਦਾ ਇਹ ਕਿਹੜੀਆਂ ਇਹਦੀ ਗੱਲਾਂ ਹੈ ਜੀ, ਵੀ 30 ਰੁਪਏ ਆਪਾਂ ਜਾਗੇ ਵੀ ਇੱਕ ਟੰਗ ਚੋਲੋ। ਹਾਂਜੀ, ਇੱਕ ਟੰਗ ਮੇਰੀ ਆਉਣ ਨਾਲ ਚਵਾਓ, ਮੈਂ ਕਹਿੰਦਾ ਕੋਈ ਆਉਣ ਨਾਲ ਨਾ ਚਵਾਓ, ਠੀਕ ਆ, ਸੁਣਾ ਚਵਾਓ, ਸ਼ਾਮਾਂ ਨੂੰ ਮੈਂ ਖਾਲੀ ਕਰ ਲਓ, ਇੱਕੋ ਡੰਗ ਸਵੇਰੇ ਮੈਂ ਚੋੜੋ, ਸ਼ਾਮਾਂ ਸਾਰੀ ਮੈਂ ਨੇ ਚੋੜ ਦੋ। ਠੀਕ ਹੈ ਭਾਈ ਜੀ, ਠੀਕ ਆ, ਜੇ ਸ਼ਾਮਾਂ ਨੂੰ 6 ਵਜੇ ਹੋਈ ਹੈ ਨਾ, ਹਾਂਜੀ, ਇਹਨੂੰ ਸਵੇਰੇ 6 ਵਜੇ ਆਣ ਕੇ ਚੋੜੋ, ਆਪੇ ਮੈਂ ਦੱਸ ਦੂੰ ਵੀ ਮੇਰੇ ਕੋਲ ਕੀ ਹੈਗਾ ਕੀ ਨਹੀਂ ਹੈ। ਖੋਲੋ ਖੋਲੋ ਭਾਜੀ ਫਿਰ ਨੂੰ, ਆ ਦੇਖੋ ਜੀ, ਜੇ ਕੱਢੇਗੀ 8 ਕਿਲੋ ਡੰਗ ਦਾ ਸਵੇਰੇ, ਹਾਂਜੀ, ਤੇ ਕੋਈ ਲੈ ਜੇ, ਨਾ ਕੱਢੇਗੀ ਜਿੱਥੇ ਬਿਲਕੁਲ ਬਿਲਕੁਲ ਭਾਜੀ, ਚਵਾਈ 3 ਡੰਗ ਕਰਕੇ ਖੜੇ ਕੱਟੀ। ਹਾਂ ਆ ਦੇਖੋ ਜੀ, ਇੱਕ ਮਿੰਟ ਰੱਖੋ, ਮੋਟਰ ਬੰਦ ਕਰੋ, ਇੱਕ ਮਿੰਟ, ਆ ਦੇਖੋ ਪਹਿਲੇ ਫੇਸ ਕੁਆਲਿਟੀ ਦੇਖੋ ਜੀ, ਆ ਦੇਖੋ ਸੋਹਣੀ ਝੋਟੀ ਹੈ ਜੀ, ਤੋਰ ਲਓ ਲੰਮੀ। ਆ ਜਾਓ ਜੀ, ਕਮਾਲ ਕਮਾਲ, 4 ਰਨ ਹੈ ਜੀ, ਦੇਖੋ ਜੀ। ਬਿਲਕੁਲ
ਇਹ ਝੋਟੀਆਂ ਨੂੰ ਇੰਨਾ ਕਿ ਜ਼ਿਆਦਾ ਟਾਈਮ ਲੱਗਾ, ਮੰਨ ਲਓ ਕਿ ਰਾਹ ਵਿੱਚ ਬਹੁਤ ਜ਼ਿਆਦਾ ਸੀ ਜੀ। ਪਰਸੋਂ ਨਾ ਸ਼ਾਮੀ ਝੋਟੀਆਂ ਦਾ ਰਾਹ ਵਿੱਚ ਧਰਨਾ ਲੱਗਾ ਸੀ, ਇੱਕ ਦਰਾਏ ਲੱਗਾ ਸੀ, ਇੱਕ ਲੱਗਾ ਸੀ ਲੁਧਿਆਣੇ ਲੱਗੇ। ਠੀਕ ਹੈ, ਦਰਾਏ ਵਾਲਾ ਤਾਂ ਅਸੀਂ ਕਿਸੇ ਨਾ ਕਿਸੇ ਤਰੀਕੇ ਨਿਕਲ ਆਏ ਪਿੰਡਾਂ ਦਾ ਨਹੀਂ ਹੋਵੇ, ਲੁਧਿਆਣੇ ਵਾਲਾ ਉੱਥੇ ਝੋਟੀਆਂ ਪਈਆਂ 6 ਘੰਟੇ ਰੋਡ ਤੇ ਖੜੀਆਂ ਹੋਈਆਂ ਸੀ ਜੀ। ਅੱਛਾ, ਟ੍ਰੈਫਿਕ ਇੰਨੀ ਸੀ, ਬਹੁਤ ਜ਼ਿਆਦਾ ਟ੍ਰੈਫਿਕ। ਠੀਕ ਹੈ, ਝੋਟੀਆਂ ਸੀ ਜੀ ਉੱਥੋਂ ਇੰਨਾ ਕਦੀ ਨਹੀਂ ਜਿਹੜਾ ਝਟਕਾ 13-14 ਘੰਟੇ ਘਰੇ ਪਹੁੰਚੇ ਤੱਕ ਲੱਗ ਗਈ। ਅੱਛਾ ਜੀ, ਰਸਤੇ ਰਵਾਨਾ ਪਿਆ ਬਹੁਤ ਟਾਈਮ ਲੱਗਾ। ਠੀਕ ਹੈ, ਰਸਤੇ ਜਿਹੜਾ 5-6 ਘੰਟੇ ਝੋਟੀਆਂ ਨੂੰ ਅੰਡਾ ਖਾਓ ਮੁਰਗੀ ਨਾ ਖਾਓ, ਗਾਹ ਹਾਂਜੀ ਗਾਹ ਮੇਰੇ ਇੱਕ ਮੈਂ ਖੜੇਗਾ, ਜੇ ਬਜੇਗਾ ਤੇ ਜੇ ਸਾਲ ਦੀਆਂ 2 ਲੈ ਜਾਏਗਾ ਨਾ, ਹਾਂਜੀ ਉਨੀ ਕਮਾਈ ਨੇ ਮੈਨੂੰ ਕਰਾ ਲਈ, ਜੇ ਮੈਂ ਇੱਕੋ ਜੀ ਸਾਰੀ ਕਰ ਲਈ ਤੇ ਇੱਕੋ ਜੀ ਕੰਮ ਚੱਲਦਾ, ਮੈਂ ਬਾਅਦ ਚ ਨਹੀਂ ਆਉਣਾ ਮੇਰੇ। ਬਸ ਠੀਕ ਹੈ ਜੀ, ਇੱਧਰ ਆ ਜਾਓ। ਇਹ ਜੀ ਨਿੱਧੀ 4 ਦੰਦ ਕਹਿਣ ਵਾਲੀਆਂ ਗੱਲਾਂ ਜੀ, ਬਿਲਕੁਲ 4 ਦੰਦ 4 ਦੰਦ ਝੋਟੇ ਹੈ ਜੀ। ਪਹਿਲਾ ਦੂਜਾ ਜੀ, ਫਿਰ ਜੀ ਇਹਨੂੰ ਪਹਿਲਾ ਦੰਦ 4 ਸੀ, ਸੂਆ ਦੂਜਾ ਦੂਜਾ ਸੂਆ ਖੋਲੋ ਜੀ, ਤੁਰ ਸੂਈ ਹੈਗੀ ਸੁਨੀਲ ਜੀ, ਖੋਲੋ ਇਹਨੂੰ, ਕੱਟੀ ਮਗਰ ਜੀ ਪੂਰੀ ਸੋਹਣੀ ਝੋਟੀ ਜੀ, ਪੂਰੇ ਕੱਦ ਕੱਟ ਲਿਆ, ਘੁਮਾਲੋ ਬਾਜੀ, ਆ ਘੁਮਾਲੋ, ਦੇਖੋ ਜੀ, ਆ ਦੇਖੋ, ਲੈ ਚਲੋ, ਬਿਲਕੁਲ ਜੀ ਵਧੂ ਬਾਜੀ, ਅਜੇ ਹੋਰ ਹਾਂਜੀ ਹਾਂਜੀ ਬਿਲਕੁਲ ਜੀ, ਸਾਡੇ ਕੋਲ ਪੈਣੇ ਦੇਣਗੇ 15-15 ਕਿਲੋ ਦੇੜੀਆਂ, ਜੇ ਤਖਾਵਾਂ ਲੱਥੇਗਾ ਬੰਡਾ ਖੰਡਾ ਚੁੱਕਣਗੇ ਫਿਰ ਵਧਣਗੇ ਤੇ ਹੈਗੀਆਂ। ਠੀਕ 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 ਹੈ ਜੀ, ਆਸ਼ਨੀ ਆਪਾਂ ਕਿਸੇ ਨੂੰ ਕਹਿ ਕੇ ਨੀ ਤੋਰ ਦੇ ਦੀਏ, 20 ਦੇ ਜੂਗੀ, 22 ਦੇ ਜੂਗੀ, ਮੁੜ ਕੇ ਨਾ ਬੰਦਾ ਨਾ ਉਹ ਗੱਲ ਨੂੰ ਮੁੜ ਕੇ ਗੱਲ ਨੂੰ ਨਾ ਲਗ ਲਿਆ ਨਾ ਆਪਣੇ ਰਿੜਕਦਾ ਰਹਿੰਦਾ ਵੀ ਤੁਸੀਂ ਇੰਨੀ ਗੱਲ ਕਹੀ, ਹਾਂਜੀ ਆਪਾਂ ਜੋ ਅੱਜ ਆਪਣੇ ਘਰੇ ਉਹ ਕਹਿ ਕੇ ਤੋਰਾਂਗੇ। ਠੀਕ ਹੈ, ਤੁਸੀਂ ਵੀ ਨਾ ਹਲੇ ਜਿੰਨਾ ਮਰਜ਼ੀ ਕਹੀ ਜਾਂਦੇ ਹਾਂ। ਠੀਕ ਹੈ ਭਾਜੀ, ਹਾਂਜੀ ਇਹਦਾ ਸੁਨੀਲ ਜੀ 1,45,000 ਰੁਪਏ, 1,45,000 ਫਿਕਸ ਰੇਟ ਨਹੀਂ ਹੈਗੇ, ਬਾਕੀ ਜਿਹੜੇ ਆ ਵੀ ਆਪਣੀ ਮਰਜ਼ੀ ਨਾਲ ਲਾਓ। ਚਲੋ ਇੱਧਰ ਆ ਜਾਓ ਜੀ, ਇਹ ਸੂਆ ਭਾਜੀ, ਸੁਨੀਲ ਜੀ ਦੂਜਾ ਸੂਆ, ਦੂਜਾ ਸੂਆ ਮਗਰ ਕੱਟੀ ਜੀ, ਆ ਦੇਖੋ ਸੋਹਣੀ ਝੋਟੀ ਜੀ, ਵੀ ਵੱਡੀ ਝੋਟੀ, ਫੁੱਲ ਫੁੱਲ ਸਾਈਜ਼ ਹੈ ਜੀ, ਆ ਦੇਖੋ, ਚਲੋ ਤੋਰੋ ਜੀ, ਦੇਖੋ ਜੀ, ਆ ਦੇਖੋ, ਆ ਦੇਖੋ, ਆਓ ਜੀ, ਆ ਜਾਓ, ਆ ਜਾਓ, ਲਿਆਓ, ਆ ਦੇਖੋ, ਫੁੱਲ ਹਾਈਟ ਦੀ ਝੋਟੀ ਚੋਣ ਸਮਾ ਇੱਕ ਨੰਬਰ, ਬਿਲਕੁਲ ਜੀ, ਆ ਦੇਖੋ ਜੀ, ਹਾਂਜੀ ਬਾਕੀ ਸੁਨੀਲ ਜੀ ਇਹ ਗੱਲਾਂ ਜਿਹੜੀਆਂ ਆਪਾਂ ਝੋਟੀਆਂ ਦੁੱਧ ਜਿੰਨਾ ਦਿੰਦਾ ਨਾ, ਇਹਨਾਂ ਨੂੰ ਕੋਈ ਆਉਣ ਲੈਣਾ ਮੇਰੇ ਕੋਲ ਮੰਗਾਏ, ਇਹਨਾਂ ਨੂੰ ਇੱਥੇ ਆਣ ਕੇ 3-4 ਡੰਗ ਤਸੱਲੀਆਂ ਕਰਕੇ ਤੇ ਫਿਰ ਮਹੀਆਂ ਦਾ ਸੌਦਾ ਕਰਕੇ ਵੱਧ ਮਜ਼ਾ ਆਉਂਦਾ ਆਪਾਂ ਨੂੰ, ਐਂ ਵਿੱਚ ਦਾ ਵੱਧ ਮਜ਼ਾ ਆਉਂਦਾ ਤੇ ਲੈਣ ਵਾਲੇ ਨੂੰ ਵੀ ਆਉਂਦਾ। ਬਿਲਕੁਲ ਜੀ ਬਾਜੀ, ਚੀਜ਼ ਵੇਖੀ ਦੀ ਗੱਲ ਹੋਰ ਹੋਈ ਨਹੀਂ, ਚੂਣ ਪਸਮਾ ਦੀ ਸਾਰਾ ਕੁਝ ਦੇਖਿਆ ਜਾਂਦਾ ਸੀ ਜੀ। ਠੀਕ ਹੈ, ਇਹਦਾ 1,45,000 1,45,000 ਹਾਂਜੀ, ਫਿਕਸ ਰੇਟ ਨਹੀਂ, ਫਿਕਸ ਰੇਟ ਜੋ ਮਰਜ਼ੀ ਲਾਵੇ। ਠੀਕ ਹੈ ਜੀ, ਇੱਧਰ ਆ ਜਾਓ ਜੀ, ਇਹ ਸੂਆ ਬਾਈ ਜੀ, ਦੂਜਾ ਸੂਆ 15 ਕਿਲੋ ਸੁਨੀਲ ਜੀ, ਚੋਣ ਵਾਲਾ ਦੁੱਧ ਸਹੀ ਹੈਗਾ ਸਾਰਾ, 15 ਕਿਲੋ ਸਹੀ ਜਿਹੜਾ ਮਤਲਬ ਤਿਆਰ ਜਿਹਨੂੰ ਕਹਿ ਲਓ ਜਾਂ ਲੀਟਰ ਜਿਹੜਾ ਮਰਜ਼ੀ ਮਾਰ ਲਿਆ ਤੋਰ ਜੀ, ਵੀ ਇਹਦੇ ਬੱਚਾ ਮਾਰ ਜਾਂਦੇ, ਆ ਦੇਖੋ ਜੀ, ਧਿਆਨ ਨਾਲ ਆ ਦੇਖੋ ਜੀ, ਆ ਦੇਖੋ ਕੱਟੀ ਮਗਰ ਹੈ ਜੀ, ਆ ਦੇਖੋ ਵੱਡੀ ਜੁੜ ਫੁੱਲ ਕੱਦ ਕਾਟ ਜੀ, ਆ ਦੇਖੋ, ਆ ਜਾਓ ਬਾਜੀ, ਆ ਜਾਓ, ਆ ਜਾਓ, ਆ ਦੇਖੋ ਫੁੱਲ ਹਾਈਟ ਦੀ ਸੁਨੀਲ ਜੀ, ਦੇਖੋ ਜੀ ਤੇ ਸ਼ਿੱਗੀ ਜੇ ਮੋਹ ਸੁਨੀਲ ਜੀ। ਠੀਕ ਹੈ ਜੀ ਬਾਜੀ, ਠੀਕ ਹੈ, ਆ ਦੇਖੋ, ਨਾਲੇ ਬਿਲਕੁਲ ਜੈੱਡ ਬਲੈਕ ਝੋਟੀ ਹੈ ਜੀ, ਦੇਖੋ, ਆ ਦੇਖੋ, ਹਾਂਜੀ ਚਲੋ।
ਸਹੀ ਹੈਗਾ, ਦੋ ਡੰਗ ਚੋਲੇ ਤਿੰਨ ਡੰਗ ਚੋਲੇ ਠੀਕ ਹੈ ਭਾਜੀ ਠੀਕ ਹੈ। ਬਾਰੇ ਅਸੀਂ ਕਿਉਂ ਕਹਿੰਦੇ ਸਲੀਵ ਜੀ ਆਪਣੇ ਮੰਜੇ ਪੱਲੇ ਕੁਛ ਹੈਗਾ, ਸਹੀ ਸਹੀ ਗੱਲ ਭਾਜੀ, ਇੱਕ ਮੈਂ ਨਹੀਂ ਆਉਣ ਨਾਲ ਵੇਚਾਂਗਾ ਇੱਦਾਂ ਵੇਚਾਂਗਾ ਇੱਥੇ ਲਲਕਾਰ, ਕਿਉਂਕਿ ਆਪਣੀਆਂ ਮਈਆਂ ਸਹੀ ਆ ਠੀਕ ਹੈ ਨਾ, ਆਪਾਂ ਇਹਨੂੰ ਭੇਜੀਏ ਹਾਂਜੀ, ਕਿਉਂਕਿ ਨਹੀਂ ਜੀ ਇੱਕ ਉਹਦੇ ਲਈ ਜ਼ਿੰਮੇਵਾਰੀ ਬੜੀ ਚੁੱਕਣੀ ਪੈਂਦੀ ਹੈ ਰਾਹ ਵਿੱਚ, ਕਈ ਕੁਛ ਇੱਥੇ ਆਏ ਜਿਹਨੇ ਮੈਂ ਖਾਣੀ ਨਹੀਂ ਆ ਤਾਂ ਆਪਾਂ ਕੋਈ ਨਾਮ ਲਾਇਆ ਆਪਾਂ ਨੂੰ ਕੋਈ ਗਲਾਬ ਨਹੀਂ, ਬਿਲਕੁਲ ਭਾਜੀ ਆਉਣ ਵਾਲਾ ਕੰਮ ਸੀ ਵੀ ਤੁਹਾਡਾ ਬਹੁਤ ਵਧੀਆ ਹੈ, ਸੋਹਣਾ ਕੰਮ ਆ ਭਾਜੀ ਸੋਹਣਾ ਕੰਮ, ਸਾਡੀ ਇਹ ਮਜਬੂਰੀ ਹੈ ਕਿ ਇੱਥੇ ਜੋ ਚੈੱਕ ਕਰਕੇ ਸਾਰਾ ਕੁਝ ਲੈ ਜਾਂਦੇ ਨਾਲ ਦੀ ਰੀਸ ਹੈ, ਹਾਂਜੀ ਹਾਂਜੀ ਬਿਲਕੁਲ ਹਾਂਜੀ, ਇੱਕ ਲੱਖ ਬਾਈ ਹਜ਼ਾਰ ਠੀਕ ਹੈ ਭਾਜੀ, ਆ ਜਾਓ ਇੱਧਰ ਆ ਜਾਓ, ਇਹ ਜੀ ਦੋ ਦਿਨ ਦੀ ਸੂਈ ਆ 11-12 ਕਿਲੋ ਦੇ ਕੋਲ ਫੀਸ ਹੀ ਲਾ ਲਓ, ਬੋਲਾ ਲੈ ਲਓ ਜੇ ਫੀਸ ਲਾ ਲਓ ਠੀਕ ਹੈ ਜੀ, ਸੂ ਹਾਈਟ ਬੋਲਿਆ ਜੀ ਝੋਟੀ ਦੀ ਬਿਲਕੁਲ ਬਹੁਤ ਚੰਗੀ ਚੋਣ ਸਮਾਈ, ਦੂਜਾ ਸੂਆ ਜੀ ਖੋਲੋ ਭਾਈ ਜੀ, ਛੇ ਦਾਣੇ ਖੋਲੋ ਜੀ, ਅਭੀ ਆ ਦੇਖੋ ਬੋਲਾ ਇਹ ਜੀ ਹਜੇ, ਆ ਦੇਖੋ ਤੋਰੋ ਜੀ ਬੋਲਾ ਜੀ, ਮੈਂ ਫੀਸ ਹੀ ਬੰਦਾ ਦਾ ਹਾਂਜੀ ਹਾਂ ਜੀ, ਕੱਟਾ ਦੇ ਮਗਰ ਦੇ ਕੱਟਾ ਮਗਰ ਜੀ, ਆ ਦੇਖੋ ਤੇ ਆ ਦੇਖੋ ਵੱਡੀ ਬੋਲ ਜੀ, ਖੋਲ ਵੱਡੀ ਝੋਟੀ ਜੀ, ਆ ਦੇਖੋ ਦੇਖ ਠੀਕ ਹੈ ਜੀ ਹਾਂਜੀ, 1,20,000 ਰੁਪਇਆ, ਚਲੋ ਇੱਧਰ ਆ ਜਾਓ ਜੀ, ਇਹ ਸੂਆ ਜੀ ਹਾਂਜੀ ਠੀਕ ਆ, ਚਲੋ ਤੋਰੋ ਕੱਟੀਏ ਜੀ, ਇਹਨੇ ਮਗਰ ਕੱਟੀਏ ਜੀ, ਇਹ ਵੀ ਸੋਹਣੀ ਝੋਟੀ ਆ ਬਿਲਕੁਲ ਜੈੱਡ ਬਲੈਕ ਹੈ ਜੀ, ਆਹ ਦੇਖੋ ਤੇਰੀ ਸੂ ਬਹੁਤ ਸੋਹਣਾ ਘੁਮਾਲੋ ਭਾਅ ਜੀ, ਦੇਖੋ ਜੀ ਆਹ ਦੇਖੋ ਲਿਓ, ਆਹ ਦੇਖੋ ਜੀ ਬਿਲਕੁਲ ਜੀ ਬਿਲਕੁਲ ਘੁਮਾਲੋ ਭਾਅ ਜੀ ਘੁਮਾਲੋ, ਆ ਦੇਖੋ ਜੀ ਤੇ ਭਾਅ ਜੀ ਫਿਰ ਇਹਦੀ ਕੀਮਤ ਆ, ਇਹਦੀ ਸੰਦੀਪ ਦੀ ਕੀਮਤ ਹੈਗੀ ਆ 1,15,000, 1,15,000 ਰੁਪਇਆ, ਝੋਟੀਆਂ ਕੋਲੋਂ ਖੀਸ ਜਿਹੜਾ 13-14 ਕਿਲੋ ਹੈਗਾ ਠੀਕ ਹੈ ਜੀ ਠੀਕ ਆ, ਇਹ ਇਹਨਾਂ ਦਾ ਰੇਟ ਜਿਹੜਾ ਸਾਨੂੰ ਇਹ ਦੱਸਿਆ ਵੀ ਜੋ ਤਰੀਆਂ ਰੇਟ ਦਾ ਪਤਾ ਲੱਗ ਹੀ ਜਾਂਦਾ, ਪਤਾ ਲੱਗ ਸਹੀ ਸਹੀ ਗੱਲ, ਕਹਿੰਦੇ ਆ ਤੁਹਾਨੂੰ ਪ੍ਰੋਪਰ ਹਿੰਦੀ ਆਉਂਦੀ ਨੀ ਹੈਗੀ, ਪੰਜਾਬੀ ਬੋਲਣੀ ਪੈਂਦੀ ਪੈ ਜੀ ਆਪਾਂ ਨੂੰ ਤਾਂ, ਆ ਜਾਓ ਇੱਧਰ ਆ ਜਾਓ ਜੀ, ਠੀਕ ਹੈ ਦੁੱਧ ਭਾਜੀ ਚਲੋ ਇਹ ਵੀ ਖੋਲਿਆ ਜੀ, ਤਾਜ਼ੀ ਸੂਈ ਜਮਾ ਸੁਣੀ ਜੀ, ਆ ਦੇਖੋ ਜੀ ਦੇਖੋ ਜੀ ਤੋਰੋ ਜੀ, ਕੱਟਾ ਜੀ ਕੱਟੀ ਜੀ ਮਗਰ ਕਿਉਂ ਭਾਜੀ ਕੱਟਾ ਜੀ ਘੁਮਾਲੋ ਜੀ, ਕੱਟਾ ਮਗਰ ਆ ਜੀ ਤੇ ਆਹ ਦੇਖੋ ਦੇਖੋ ਥੱਲੇ ਕਰੋ ਮਾੜਾ, ਚਲੋ ਲੈ ਚਲੋ ਹੁਣ ਦੇਖੋ ਜੀ ਬਿਲਕੁਲ ਤਾਜ਼ੀ ਹੈ ਜੀ ਠੀਕ ਆ, ਹਾਂਜੀ 1,08,000 ਰੁਪਇਆ, ਚਲੋ ਨੀਲੀ ਲਿਆਂਦੀ ਫਿਰ ਜੀ, ਬਿਲਕੁਲ ਤੋਰੋ ਜੀ ਨਹੀਂ ਉਧਰੋਂ ਆਈ ਆ ਪੱਕ ਸਾਰੇ ਉਧਰ ਦੇ ਰੱਖ ਲਈ ਪਰ ਆਪਾਂ ਜਿਹੜੀ ਚੀਜ਼ ਖੋਲੀ ਇੱਥੋਂ ਹੀ ਕਹਿਣੀ, ਬਿਲਕੁਲ ਖੋਲੋ ਭਾਜੀ ਆ ਦੇਖੋ ਜੀ ਪਿਓਰ ਨੀਲੀ ਦੀ ਠੀਕ ਹੈ ਜੀ, ਦੇਖੋ ਨੰਬਰ ਚਲੋ
ਹੁਣ ਤੋਰੋ ਜੀ ਦੇਖੋ ਤਾਜ਼ੀ ਸੂਈ ਤਾਜ਼ੀ ਬਿਲਕੁਲ ਜੀ ਆ ਦੇਖੋ ਜੀ ਦੇਖੋ ਸਾਰੇ ਨਿਸ਼ਾਨੇ ਸੂਲ ਤੋਂ ਨਿਸ਼ਾਨੀ ਸਿਖਰ ਤੱਕ ਨਿਸ਼ਾਨੀ ਹੈ ਜੀ ਆ ਜਾਓ ਭਾਅ ਜੀ ਆ ਜਾਓ ਘੁਮਾ ਲਿਓ ਆ ਦੇਖੋ ਫੇਸ ਕੁਆਲਿਟੀ ਕਰੇ ਚਲੋ ਲੈ ਚਲੋ ਜੀ ਉੱਥੇ ਠੀਕ ਹੈ ਜੀ ਅਤੇ ਭਾਅ ਜੀ ਫਿਰ ਇਹਦੀ ਕੀਮਤ ਆ ਛਿਹੱਤਰ ਹਜ਼ਾਰ ਰੁਪਇਆ ਚਲੋ ਇਹਦਾ ਵੀ ਬਾਕੀ ਮੌਕੇ 'ਤੇ ਹੋ ਜੂਗਾ ਮਾਨ ਸਾਹਿਬ ਬਿਲਕੁਲ ਜੀ ਸਹੀ ਗੱਲ ਹੈ ਜੀ ਬਿਲਕੁਲ ਜੀ ਅਤੇ ਆਹ ਦੇਖੋ ਬੱਚੇ ਬਿਲਕੁਲ ਤਾਜ਼ੇ ਬੱਚੇ ਜੀ ਚੈੱਕ ਕਰ ਲਓ ਸਾਰੇ ਠੀਕ ਆ ਦੇਖੋ ਠੀਕ ਹੈ ਜੀ ਕੱਚੀਆਂ ਆ ਜਾਓ ਭਾਅ ਜੀ ਚਲੋ ਹੋਰ ਭਾਅ ਜੀ ਆ ਜਾਓ ਬਿਲਕੁਲ ਜੀ ਬਿਲਕੁਲ ਮੈਂ ਇਹਨਾਂ ਦੇ ਲੱਖ ਸਿਫਤਾਂ ਕਰੀ ਜਾਵਾਂ ਲੱਖ ਆਪਣੇ ਕੋਲ ਗੱਲਾਂ ਬਣਾਵਾਂ ਦੱਸੀਆਂ ਮੇਰੀਆਂ ਉਹ ਚੀਜ਼ਾਂ ਵਿਕਣੀਆਂ ਵਿਕਣਾ ਮੱਝ ਨੇ ਹੀ ਆ ਬਿਲਕੁਲ ਕਿਉਂਕਿ ਜੇ ਹੁਣ ਆਪਾਂ ਗੱਲਾਂ ਬਾਤਾਂ ਕਰਕੇ ਕਿਸੇ ਨੂੰ ਮੈਂ ਆਪਣੇ ਕੋਲ 8-9 ਕਿਲੋ ਵਾਲੀ ਹਰਿਆਣੇ ਦੀ ਕਹਿ ਕੇ ਦੇਦਾ ਬਿਲਕੁਲ ਜੀ ਜਦੋਂ ਤੁਹਾਨੂੰ ਚੰਗੀ ਲੱਗਦੀ ਖੜੋ ਨਹੀਂ ਇੱਥੇ ਵੱਜੀਆਂ ਮਗਰ ਤੇ ਆਉਣੀ ਚਾਹੀਦੀ ਬਿਲਕੁਲ ਤਸੱਲੀਆਂ ਕਰੋ ਜੇ ਤੁਹਾਡੇ ਮਨ ਨੂੰ ਤਸੱਲੀ ਹੁੰਦੀ ਹੈ ਨਾ ਖੜੋ ਨਹੀਂ ਉੱਥੇ ਵੱਜੀ ਲਿਆ ਠੀਕ ਹੈ ਮਾਲ ਜੇ ਤੁਸੀਂ ਜੀ ਲਾਂਬੇ ਲਾਂਬੇ ਵਾਲਾ ਕੰਮ ਨਾ ਹੁੰਦਾ ਉਹਦਾ ਕੋਈ ਫਾਇਦਾ ਨਹੀਂ ਭਾਈ ਨਾ ਤੁਸੀਂ ਜੀ ਆਪਣਾ ਮਾਲ ਹੀ ਵਾਪਸ ਹੋਏਗਾ ਕੋਈ ਬਿਲਕੁਲ ਠੀਕ ਹੈ ਸਾਡੇ ਕੋਲ ਤੁਸੀਂ ਜੀ ਅਸੀਂ ਲੱਗੇ ਮਹਾਰਾਜ ਦੇ ਹੱਥ ਜੋੜ ਕੇ ਜਿਹੜੀਆਂ ਆਈਆਂ ਹੁੰਦੀਆਂ ਇਹਨਾਂ ਨੂੰ ਖੁਸ਼ੀ ਹੁੰਦੀ ਹੈ ਵੀ ਸ਼ੀਸ਼ਰੀ ਜਾਣ ਆਪਾਂ ਆਪਣੇ ਘਰੇ ਹਾਂ ਸਹੀ ਗੱਲ ਹੈ ਹੋਰ ਵਪਾਰੀ ਹੋਏ ਜੋ ਮਰਜ਼ੀ ਭਾਈ ਉਹਦਾ ਸੋਨਾ ਹੋਏ ਭਾਈ ਸੋਨੇ ਵਰਗੀਆਂ ਵਈਆਂ ਹਾਂਜੀ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਆਪਾਂ ਆਪਣੇ ਘਰੇ ਜਾਣ ਆਪਾਂ ਹੋਰ ਲਈਏ ਹੋਰ ਲਈਏ ਕਿਉਂਕਿ ਸਾਨੂੰ ਲਾਜ ਹੁੰਦਾ ਜਿਹੜਾ ਕੋਈ ਆਏਗੀ ਤੇ ਫੇਰ ਜਾਏਗੀ 2 ਰੁਪਏ ਬਣਨਗੇ ਹਾਂਜੀ ਹਾਂਜੀ ਆਪਾਂ ਇੱਕ ਮੈਂ ਥੋੜਾ ਵੀ ਘਰੇ ਲਿਆ ਕੇ ਰੱਖਣਾ ਬਿਲਕੁਲ ਜੀ ਜਦੋਂ ਮਰਜ਼ੀ ਆਪਣੇ ਮੱਝਾਂ 10 ਤੋਂ 9 ਤੋਂ 10 ਦੇ ਵਿਚਾਲੇ ਸੂਈਆਂ ਤੇ ਗੱਪੜ ਮਹਿਣੀ ਆਪਣੇ ਕੋ ਹੋਊਗੀ ਠੀਕ ਹੈ ਜੀ ਉਹ ਹਰਿਆਣੇ ਦੀ ਜੇ ਲੋਕਲ ਹੋਊਗੀ ਲੋਕਲ ਕਵਾਂਗੇ ਹਰਿਆਣੇ ਦੀ ਮੈਂ ਹੋਊਗੀ ਚੰਗੀ ਚੰਗੀ ਦੁੱਧ ਵਾਲੀ ਤਸੱਲੀ ਆਪਣੀ ਕਰਕੇ ਆਪਣਾ ਪਿੰਡ ਜਿੱਥੋਂ ਮਰਜ਼ੀ ਪੁੱਛ ਸਕਦੇ ਜੇ ਨਹੀਂ ਤਾਂ ਨਿਸ਼ਾਨੀਆਂ ਦਾ ਪਤਾ ਹੀ ਹੈਗਾ ਵੀ ਉਸੇ ਧੱਕੇ ਕੋਠੀ ਦੇ ਆਣ ਕੇ ਤੁਸੀਂ ਦੂਰੋਂ ਵੇਖ ਕੇ ਪਤਾ ਕਈ ਵੀਰ ਕਹਿੰਦੇ ਵੀ ਆਪਣੀਆਂ ਦੱਸਿਆ ਕਰੋ ਕੀ ਨਿਸ਼ਾਨੀ ਹੈ ਕੀ ਨਹੀਂ ਤੇ ਬਾਕੀ ਆਪਣਾ ਫਤਿਹਗੜ੍ਹ ਚੂੜੀਆਂ ਬੋਰਡ ਲੱਗਾ ਉੱਥੋਂ ਦੀ ਆਪਣਾ ਐਡਰੈਸ ਪ੍ਰੋਪਰ ਜਾਣਕਾਰੀ ਲੈ ਲਓ ਹਰ ਥਾਂ ਦੇ ਬੋਰਡ ਲੱਗ ਗਏ ਆ ਆਪਣੇ ਤੁਸੀਂ ਦੇਖ ਕੇ ਆ ਸਕਦੇ ਜਿਹਨੇ ਫਤਿਹਗੜ੍ਹ ਚੂੜੀਆਂ ਆਉਣਾ ਬਟਾਲਾ ਰੋਡ ਤੇ ਬੋਰਡ ਲੱਗਾ ਵਾ ਉੱਥੋਂ ਦੇਖ ਕੇ ਤੁਸੀਂ ਆ ਸਕਦੇ ਕਈਆਂ ਵੀਰ ਰਸਤੇ ਭੁੱਲ ਜਾਂਦੇ ਗਾਲੀ ਨਾ ਵੀ ਜਾਂਦੇ ਆ ਹੁਣ ਫਤਿਹਗੜ੍ਹ ਚੂੜੀਆਂ ਕਿਸੇ ਵੇਲੇ ਬਟਾਲੇ ਨੂੰ ਚੱਲ ਜਾਂਦੇ ਆ ਕਈ ਬੰਦੇ ਸਵੇਰ ਜੀ ਫੋਨ ਨਹੀਂ ਕਰਦੇ ਸਿੱਧੇ ਗੁਰਦਾਸਪੁਰ ਚੱਲ ਜਾਂਦੇ ਆਪਣਾ ਭਾਜੀ ਬਟਾਲੇ ਤੋਂ ਫਤਿਹਗੜ੍ਹ ਚੂੜੀਆਂ ਰੋਡ ਦੇ ਵਿਚਾਲੇ ਪਿੰਡ ਆ ਜੀ ਠੀਕ ਹੈ ਡੇਰਾ ਬਾਬਾ ਨਾਨਕ ਆਪਣੇ ਲੱਗਦਾ ਕਲਾ ਨੂੰ ਥੋੜਾ ਜਿਹਾ ਆਪਣੇ ਦੂਰ ਆ ਧਿਆਨਪੁਰ ਫੋਨ ਨਹੀਂ ਲੱਗਿਆ ਠੀਕ ਹੈ ਭਾਜੀ ਆਓ ਬਾਕੀ ਜੀ ਸੱਦ ਕੇ ਜਦੋਂ ਮਰਜ਼ੀ ਰਾਤ ਦੇਣ ਦੀ ਸੁਵਿਧਾ ਹੋਊਗੀ ਆਪਣੇ ਕੋਲ ਟਰਾਂਸਪੋਰਟ ਦੀ ਸੁਵਿਧਾ ਹੋਊਗੀ ਇੱਥੇ ਇਹ ਨਾ ਚੱਕੋ ਦੂਰੋਂ ਦੇਰੋਂ ਆਉਣਾ ਵੀ ਹਾਂ ਵੀ ਆਉਣਾ ਤੇ ਮੁੜਨਾ ਜਿੱਦਾਂ ਫੁਲਕਾ ਦਣੀ ਆਪ ਖਾਣੇ ਉੱਦਾਂ ਤੁਹਾਨੂੰ ਮਿਲੂ ਰਹਿਣ ਸਹਿਣ ਨੂੰ ਜਗ੍ਹਾ ਮਿਲੂਗਾ ਦੋ ਤਿੰਨ ਡੰਗ ਮੈਂ ਤਸੱਲੀ ਕਰਕੇ ਖੜੋ ਮੇਰੀ ਮੈਂ ਕੋਈ ਵੀ ਨਾ ਆਉਣਾ ਠੀਕ ਹੈ ਭਾਈ ਸਤਿ ਸ਼੍ਰੀ ਅਕਾਲ